ਮਈ ਦੇ ਵਿੱਚ ਸਾਡੇ ਕੋਲ ਟੈਂਪਰੇਚਰਸ ਦੇ ਕਾਫੀ ਇਸ ਵਾਰੀ ਐਕਸਟ੍ਰੀਮ ਵੈਦਰ ਦੇਖਿਆ ਗਿਆ, ਜੋ ਕਿ 2013 ਦੇ ਵਿੱਚ ਅਸੀਂ ਦੇਖਿਆ ਸੀ ਪਹਿਲਾਂ ਕਿ 46 degrees ਤੱਕ ਜਿਹੜਾ ਟੈਂਪਰੇਚਰ ਉਹ ਗਿਆ ਸੀਗਾ ਮਈ ਦੇ ਵਿੱਚ, ਔਰ ਇਸ ਵਾਰੀ ਵੀ ਸਾਡੇ ਕੋਲ ਜਿਹੜਾ ਲੁਧਿਆਣੇ ਵਿਖੇ 45 degrees ਤੱਕ ਟੈਂਪਰੇਚਰ ਰਿਕਾਰਡ ਕੀਤਾ ਗਿਆ। ਪਰ ਜੇ ਆਪਾਂ ਥੋੜ੍ਹਾ ਸਾਊਥ ਵੈਸਟਰਨ ਡਿਸਟ੍ਰਿਕਟਸ ਦੀ ਗੱਲ ਕਰਦੇ ਹਾਂ ਤਾਂ 48 degrees ਵੀ ਕੱਲ੍ਹ ਜਿਹੜਾ ਟੈਂਪਰੇਚਰ ਆ ਫਰੀਦਕੋਟ ਵਿਖੇ ਰਿਕਾਰਡ ਕੀਤਾ ਗਿਆ। ਸੋ ਇੰਨੀ ਜ਼ਿਆਦਾ ਇਸ ਵਾਰੀ ਆਪਾਂ ਕਹਿ ਸਕਦੇ ਹਾਂ ਸਵੀਅਰ ਹੀਟ ਵੇਵ ਜਿਹੜੀ ਆ ਉਹ ਪਰਸਿਸਟ ਰਹੀ ਹੈ ਮਈ ਦੇ ਮਹੀਨੇ ਦੇ ਵਿੱਚ। ਪਰ ਇਸ ਵਾਰੀ ਇੱਕ ਥੋੜ੍ਹੀ ਜਿਹੀ ਗੁੱਡ ਨਿਊਜ਼ ਵੀ ਹੈਗੀ ਹੈ ਕਿ ਜਿਹੜੀ ਕੇਰਲਾ ਵਿਖੇ ਮੌਨਸੂਨ ਦਾ ਔਨਸੈਟ ਹੋਇਆ ਉਹ 1-2 ਦਿਨ ਪਹਿਲਾਂ ਹੀ ਹੋ ਗਿਆ, ਜਿਹਦੇ ਨਾਲ ਕਿ ਥੋੜ੍ਹਾ ਜਿਹਾ ਜਿਹੜਾ ਵੈਦਰ ਦੇ ਵਿੱਚ ਸਾਨੂੰ ਚੇਂਜ ਨਜ਼ਰ ਆ ਰਹੀ ਹੈ। ਸੋ ਹੁਣ ਜਿਹੜੀ ਫੋਰਕਾਸਟ ਰਿਸੀਵ ਹੋਈ ਹੈ ਉਹਦੇ ਅਕੋਰਡਿੰਗਲੀ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਥੋੜ੍ਹੀ ਜਿਹੀ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਹੋ ਸਕਦੇ ਆ। ਸੋ 1-2 June ਤੋਂ ਔਨਵਰਡਸ ਜਿਹੜਾ ਆ ਮੌਸਮ ਦੇ ਵਿੱਚ ਥੋੜ੍ਹਾ ਜਿਹਾ ਮਤਲਬ ਬਦਲਾਅ ਦੇਖਿਆ ਜਾਏਗਾ, ਜਿਹਦੇ ਵਿੱਚ ਕਿ ਜਿਸ ਤਰ੍ਹਾਂ ਹੀਟ ਵੇਵ ਤੋਂ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲ ਸਕਦੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਸ਼ਾਮ ਨੂੰ ਕਈ ਵਾਰੀ ਹਵਾ ਚੱਲਦੀ ਹੈ, ਕੱਲ੍ਹ ਪਰਸੋਂ ਥੋੜ੍ਹੇ ਛਿੱਟੇ ਵੀ ਦੇਖੇ ਗਏ ਆ। ਸੋ ਇਹ ਜਿਹੜੀ ਮੌਨਸੂਨ ਦੀ ਆਮਦ ਹੋਈ ਹੈ ਇਹਦੇ ਨਾਲ ਥੋੜ੍ਹਾ ਜਿਹਾ ਨੌਰਥ ਵੱਲ ਨੂੰ ਵੀ ਵੈਦਰ ਦੇ ਵਿੱਚ ਚੇਂਜ ਦੇਖਣ ਨੂੰ ਮਿਲਿਆ, ਕਿਉਂਕਿ ਉਹਦਾ ਜਿਹੜਾ ਫਲੋ ਹੈ ਉਹ ਕਾਫੀ ਫਾਸਟ ਦੇਖਿਆ ਜਾ ਰਿਹਾ। ਸੋ ਉਮੀਦ ਕਰਦੇ ਹੈਗੇ ਹਾਂ ਕਿ ਜਿਵੇਂ ਕੱਲ੍ਹ ਦਾ ਦਿਨ ਹੈ ਉਹਦੇ 'ਚ ਸਾਨੂੰ ਇੰਨੀ ਜ਼ਿਆਦਾ ਹੀਟ ਵੇਵ ਦਾ ਸਾਹਮਣਾ ਨਹੀਂ ਕਰਨਾ ਪਏਗਾ। ਹਾਂਜੀ, ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਥੋੜ੍ਹਾ ਜਿਹਾ ਥੰਡਰ ਸ਼ਾਵਰਸ ਦੀ ਪ੍ਰੈਡਿਕਸ਼ਨ ਹੈਗੀ ਆ, ਲਾਈਟਨਿੰਗ ਵਗੈਰਾ ਹੋ ਸਕਦੀ ਹੈ। ਸੋ ਮਤਲਬ ਮੁੱਕਦੀ ਗੱਲ ਇਹ ਹੈ ਕਿ ਸਾਨੂੰ ਹੀਟ ਵੇਵ ਤੋਂ ਥੋੜ੍ਹਾ ਜਿਹਾ ਛੁਟਕਾਰਾ ਜਾਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿੰਨਾ ਟੈਂਪਰੇਚਰ ਐਕਸਟ੍ਰੀਮ 'ਚ ਪਹੁੰਚਣਾ ਸੀਗਾ ਉਹ ਪਹੁੰਚ ਚੁੱਕਿਆ ਹੈ, ਕਿਉਂਕਿ 48 ਤੱਕ ਜਿਹੜਾ ਟੈਂਪਰੇਚਰ ਆ ਰਿਕਾਰਡ ਕੀਤਾ ਜਾ ਚੁੱਕਿਆ। ਪਰ ਹੁਣ ਮੌਨਸੂਨ ਦੀ ਆਮਦ ਦੇ ਨਾਲ ਸਾਨੂੰ ਥੋੜ੍ਹੀ ਜਿਹੀ ਚੇਂਜ ਨਜ਼ਰ ਆ ਰਹੀ ਹੈ, ਅਤੇ ਜਿਹਦੇ ਨਾਲ ਕਿ ਪਹਿਲਾਂ ਤਾਂ ਸਾਡੇ ਕੋਲ ਜਿਹੜਾ ਸੈਂਟਰਲ ਆਪਣਾ ਇੰਡੀਆ ਦਾ ਪਾਰਟ ਹੈਗਾ ਉੱਥੇ ਬਾਰਿਸ਼ ਹੋਏਗੀ, ਉਸ ਤੋਂ ਬਾਅਦ ਨੌਰਥ ਵੱਲ ਨੂੰ ਵੀ ਸਿਸਟਮ ਥੋੜ੍ਹਾ ਜਿਹਾ ਮੂਵ ਕਰੇਗਾ, ਜਿਹਦੇ ਨਾਲ ਕਿ ਲੱਗ ਰਿਹਾ ਕਿ ਥੰਡਰ ਸ਼ਾਵਰਸ ਐਕਸਪੈਕਟਡ ਹੈਗੇ 1-2 ਦਿਨਾਂ ਦੇ ਵਿੱਚ, ਔਰ ਟੈਂਪਰੇਚਰਸ ਦੇ ਵਿੱਚ ਵੀ ਥੋੜ੍ਹੀ ਜਿਹੀ ਗਿਰਾਵਟ ਦੇਖੀ ਜਾਏਗੀ। ਜਿਸ ਤਰ੍ਹਾਂ ਸਾਡੇ ਕੋਲ 45 degrees ਤੱਕ ਜਿਹੜਾ ਟੈਂਪਰੇਚਰ ਹੈ ਦਿਨ ਦਾ, ਔਰ ਰਾਤ ਦਾ ਵੀ ਜਿਹੜਾ ਰਾਤ ਦਾ ਟੈਂਪਰੇਚਰ ਜਿਹੜਾ ਉਹ ਕੰਪੈਰੇਟਿਵਲੀ ਜ਼ਿਆਦਾ ਲੱਗ ਰਿਹਾ, ਕਿਉਂਕਿ ਰਾਤਾਂ ਜਿਹੜੀਆਂ ਨੇ ਉਹ ਗਰਮ ਇਹਨਾਂ ਦਿਨਾਂ ਦੇ ਵਿੱਚ ਕਾਫੀ ਗਰਮ ਲੱਗ ਰਹੀਆਂ ਨੇ। ਸੋ ਜੇ ਅਗਰ ਟੈਂਪਰੇਚਰਸ ਦੇ ਵਿੱਚ ਚੇਂਜਿਸ ਆਉਂਦੀਆਂ ਨੇ ਜਾਂ ਜਿਸ ਤਰ੍ਹਾਂ ਥੰਡਰ ਸ਼ਾਵਰਸ ਆਉਂਦੇ ਨੇ ਤਾਂ ਉਹਦੇ ਨਾਲ ਸਾਡੇ ਕੋਲ ਟੈਂਪਰੇਚਰ ਦੇ ਵਿੱਚ ਥੋੜ੍ਹਾ ਜਿਹਾ ਫਾਲ ਆਏਗਾ, ਜਿਹਦੇ ਨਾਲ ਕਿ ਸਾਨੂੰ ਰਿਲੀਫ ਮਿਲ ਸਕਦਾ। ਪਰ ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਸਾਊਥ ਵੈਸਟਰਨ ਰੀਜਨਸ ਨੇ ਜਿਹੜੇ ਬਠਿੰਡਾ ਫਰੀਦਕੋਟ ਦਾ ਏਰੀਆ ਹੈਗਾ ਉੱਥੇ ਸਾਡੇ ਕੋਲ ਟੈਂਪਰੇਚਰਸ ਇਸ ਵਾਰੀ ਕਾਫੀ 48 degrees ਤੱਕ ਵੀ ਰਿਕਾਰਡ ਕੀਤੇ ਗਏ ਹੈ। ਸੋ ਓਵਰਆਲ ਸਾਰੇ ਪੰਜਾਬ ਦੇ ਵਿੱਚ ਹੀ ਹੀਟ ਵੇਵ ਦਾ ਜਿਹੜਾ ਇਫੈਕਟ ਰਿਹਾ, ਸਵੀਅਰ ਹੀਟ ਵੇਵ ਜਿਹੜੀ ਹੈ ਉਹ ਰਹੀ ਹੈ। ਪਰ ਹੁਣ ਜਿਵੇਂ ਹਾਲਾਤ ਥੋੜ੍ਹੇ ਜਿਹੇ ਠੀਕ ਹੁੰਦੇ ਨਜ਼ਰ ਆ ਰਹੇ ਨੇ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲੀ ਤੋਂ ਆਨਵਰਡਸ ਜਿਸ ਤਰ੍ਹਾਂ ਸਾਨੂੰ ਫੋਰਕਾਸਟ ਮਿਲੀ ਹੈ ਅਤੇ ਥੋੜ੍ਹੇ ਜਿਹੇ ਥੰਡਰ ਸ਼ਾਵਰਸ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਜਿਹਦੇ ਨਾਲ ਕੀ ਲੱਗ ਰਿਹਾ ਕਿ ਸਾਨੂੰ ਹੀਟ ਵੇਵ ਤੋਂ ਥੋੜ੍ਹੀ ਜਿਹੀ ਰਾਹਤ ਮਿਲ ਜਾਏਗੀ। ਹਾਂਜੀ, ਜੇ ਆਪਾਂ ਦੇਖਦੇ ਹਾਂ ਕਿ ਹੀਟ ਵੇਵ ਦਾ ਜਿਹੜਾ ਅਸਰ ਆ ਥੋੜ੍ਹਾ ਘਟੇਗਾ, ਲੂ ਦਾ ਜਿਹੜਾ ਅਸਰ ਆ ਉਹ ਘਟੇਗਾ, ਕਿਉਂਕਿ ਜਿਸ ਤਰ੍ਹਾਂ ਕਿ ਕਾਫੀ ਹੋਰੀਜ਼ੋਂਟਲ ਫਲੋ ਚੱਲ ਰਿਹਾ ਸੀਗਾ, ਇੰਨੀ ਜ਼ਿਆਦਾ ਲੂ ਵੀ ਵਗਦੀ ਪਈ ਸੀ, ਅਤੇ ਜੇ ਥੋੜ੍ਹਾ ਜਿਹਾ ਥੰਡਰ ਸ਼ਾਵਰਸ ਆ ਜਾਣਗੇ ਤਾਂ ਉਹਦੇ ਨਾਲ ਸਾਡਾ ਲੂ ਦਾ ਜਿਹੜਾ ਇਫੈਕਟ ਉਹ ਵੀ ਘੱਟ ਜਾਏਗਾ। ਸੋ ਲੋਕਾਂ ਨੂੰ ਬਾਹਰ ਨਿਕਲਣਾ ਘਰੋਂ ਥੋੜ੍ਹਾ ਸੌਖਾ ਹੋ ਜਾਏਗਾ,
ਸੋ ਇਹ ਜੇ ਅਗਰ ਇਸ ਤਰ੍ਹਾਂ ਦਾ ਮੌਸਮ ਆਪਾਂ ਕਹਿੰਦੇ ਹਾਂ ਕਿ ਪ੍ਰਸਿਸਟ ਕਰੇਗਾ ਇੱਕ ਦੋ ਦਿਨ, ਤਾਂ ਕੱਲ੍ਹ ਨੂੰ ਡੈਫੀਨੇਟਲੀ ਲੋਕ ਘਰੋਂ ਬਾਹਰ ਨਿਕਲ ਕੇ ਵੋਟਾਂ ਜ਼ਰੂਰ ਪਾਉਣਗੇ। ਸੋ ਆਪਾਂ ਵੀ ਇਹੀ ਮੈਸੇਜ ਦਿੰਦੇ ਹਾਂ ਕਿ ਮਤਲਬ ਜੇ ਮੌਸਮ ਦੇ ਵਿੱਚ ਸਾਨੂੰ ਰਾਹਤ ਨਜ਼ਰ ਆ ਰਹੀ ਹੈ ਤੋਂ ਵੱਧ ਲੋਕਾਂ ਨੂੰ ਜਿਹੜੀ ਹੈ ਵੋਟ ਪਾਉਣਾ ਜਾਣਾ ਚਾਹੀਦਾ, ਕਿਉਂਕਿ ਇਹ ਉਹਨਾਂ ਦਾ ਆਪਣਾ ਅਧਿਕਾਰ ਹੈਗਾ। ਸੋ ਆਪਣੇ ਅਧਿਕਾਰ ਦੀ ਪੂਰੀ ਵਰਤੋਂ ਕਰਨ ਅਤੇ ਆਪਣਾ ਸਿਹਤ ਦਾ ਵੀ ਜ਼ਰੂਰ ਧਿਆਨ ਰੱਖਣ, ਕਿਉਂਕਿ ਜਿਸ ਤਰ੍ਹਾਂ ਕਿ ਫਿਰ ਵੀ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਫਾਲ ਨਜ਼ਰ ਨਹੀਂ ਆਏਗੀ। ਸੋ ਪਾਣੀ ਦਾ ਆਪਣਾ ਪ੍ਰਬੰਧ ਨਾਲ ਰੱਖਣ, ਔਰ ਜਿਸ ਤਰ੍ਹਾਂ ਬਾਕੀ ਪ੍ਰੀਕੋਸ਼ਨਸ ਨੇ ਵੀ ਸਿਰ ਵੀ ਢੱਕ ਕੇ ਰੱਖਿਆ ਜਾਏ ਔਰ ਆਪਣਾ ਸਨਸਕ੍ਰੀਨ ਵਗੈਰਾ ਲਗਾ ਕੇ, ਸਨਗਲਾਸਿਸ ਲਗਾ ਕੇ, ਸੋ ਆਪਣਾ ਪੂਰਾ ਬਚਾਅ ਕਰਕੇ ਹੀ ਆਪਣਾ ਘਰੋਂ ਬਾਹਰ ਨਿਕਲਿਆ ਜਾਏ।